ਇੱਕੋ ਰਾਤ ਲੁਟੇਰਿਆਂ ਨੇ 3 ਠੇਕਿਆਂ ਨੂੰ ਨਿਸ਼ਾਨਾ ਬਣਾਇਆ ਤੇ ਕਰੀਬ 2.5 ਲੱਖ ਰੁਪਏ ਤੋਂ ਵੱਧ ਲੁੱਟ ਕੇ ਫਰਾਰ ਹੋ ਗਏ ਨੇ। ਤਾਂ ਦੱਸ ਦਈਏ ਕਿ ਇੱਕੋ ਰਾਤ ਨੂੰ 3 ਥਾਵਾਂ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਠੇਕਿਆਂ ਨੂੰ। ਤਲਵਾਰਾਂ ਦੀ ਮਦਦ ਦੇ ਨਾਲ ਸ਼ਰਿਆਂ ਠੇਕਿਆਂ ਦੇ ਵਿੱਚ ਵੜ ਕੇ ਕਰਿੰਦਿਆਂ ਨੂੰ ਲੁੱਟਿਆ ਗਿਆ। ਤਾਂ ਦੱਸ ਦਈਏ ਕਿ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ 10 ਦਿਨਾਂ ਦੇ ਵਿੱਚ ਇਹ 6ਵੀਂ ਵੱਡੀ ਵਾਰਦਾਤ ਵਾਪਰੀ ਹੈ ਤੇ ਇੱਕੋ ਰਾਤ ਨੂੰ ਲੁਟੇਰਿਆਂ ਦੇ ਵੱਲੋਂ 3 ਠੇਕਿਆਂ ਨੂੰ ਲੁੱਟਿਆ ਗਿਆ ਜੋ ਕਿ ਰੋਡ ਦੇ ਉੱਤੇ ਹੀ ਪੈਂਦੇ ਨੇ। ਤਾਂ ਦੱਸ ਦਈਏ ਕਿ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰਿਆਂ ਨੂੰ ਹੁਣ ਪੁਲਿਸ ਅਤੇ ਕਿਸੇ ਦਾ ਵੀ ਕੋਈ ਵੀ ਡਰ ਭੈ ਨਜ਼ਰ ਨਹੀਂ ਆ ਰਿਹਾ, ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਸ਼ਰੇਆਮ ਠੇਕਿਆਂ ਦੇ ਵਿੱਚ ਵੜ ਵੜ ਕੇ ਅੰਦਰ ਜਾ ਕੇ ਕਰਿੰਦਿਆਂ ਨੂੰ ਲੁੱਟਿਆ ਜਾ ਰਿਹਾ। ਤਾਂ ਦੱਸ ਦਈਏ ਕਿ ਇਸੇ ਦੌਰਾਨ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ 'ਚ ਸਾਰੀ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਠੇਕੇ ਦੇ ਉੱਤੇ ਕਰਿੰਦਾ ਜੋ ਹੈ ਉਹ ਗ੍ਰਾਹਕਾਂ ਨੂੰ ਸ਼ਰਾਬ ਦੇ ਰਿਹਾ ਤੇ ਇਸ ਦੇ ਨਾਲ ਹੀ ਜਿਵੇਂ ਹੀ ਉਹ ਸ਼ਰਾਬ ਦਿੰਦਾ ਹੈ ਤਾਂ ਇੱਕ ਵਿਅਕਤੀ ਉਸਦੇ ਅੰਦਰ ਵੜਦਾ, ਤਲਵਾਰ ਉਸਦੇ ਹੱਥ ਦੇ ਵਿੱਚ ਹੁੰਦੀ ਹੈ ਤੇ ਨਾਲ ਹੀ ਇੱਕ ਹੋਰ ਵਿਅਕਤੀ ਜਿਸਨੇ ਕਿ ਮੂੰਹ ਢੱਕਿਆ ਹੋਇਆ ਹੁੰਦਾ ਹੈ ਉਹ ਅੰਦਰ ਆਉਂਦਾ ਹੈ। ਤਾਂ ਅੰਦਰ ਆਉਂਦੇ ਸਾਰ ਹੀ ਪਹਿਲਾਂ ਤਾਂ ਉਸਦੇ ਵੱਲੋਂ ਗੱਲਾਂ ਲੱਭਿਆ ਜਾਂਦਾ ਹੈ, ਪਰ ਉੱਥੇ ਗੱਲਾਂ ਨਹੀਂ ਰੱਖਿਆ ਹੁੰਦਾ, ਇੱਕ ਗੱਤੇ ਦੇ ਡੱਬੇ ਨੂੰ ਹੀ ਗੱਲਾਂ ਬਣਾਇਆ ਹੁੰਦਾ ਤੇ ਉਸਦੇ ਵਿੱਚੋਂ ਉਹ ਕਰਿੰਦਾ ਪੈਸੇ ਜੋ ਹੈ ਉਹ ਰੱਖ ਕੇ ਕੱਟ ਕੇ ਗ੍ਰਾਹਕਾਂ ਨੂੰ ਦਿੰਦਾ ਹੁੰਦਾ ਤੇ ਉਸ ਡੱਬੇ ਨੂੰ ਹੀ ਜੋ ਲੁਟੇਰੇ ਨੇ ਉਹ ਨਿਸ਼ਾਨਾ ਬਣਾਉਂਦੇ ਨੇ, ਚੱਕ ਲੈਂਦੇ ਨੇ ਤੇ ਇਸ ਦੇ ਨਾਲ ਹੀ ਜਦੋਂ ਲੁਟੇਰੇ ਫਰਾਰ ਹੋਣ ਲੱਗਦੇ ਨੇ ਤਾਂ ਇੱਕ ਮਹਿੰਗੇ ਮੁੱਲ ਦੀ ਸ਼ਰਾਬ ਦੀ ਬੋਤਲ ਨੂੰ ਵੀ ਆਪਣੇ ਨਾਲ ਲੈ ਜਾਂਦੇ ਨੇ। ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਉੱਥੇ ਠੇਕੇ ਦੇ ਕਰਿੰਦੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਦੇ ਉੱਤੇ ਕੋਈ ਵੀ ਭਰੋਸਾ ਨਹੀਂ ਹੈ ਕਿਉਂਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ, ਆਖਿਰ ਲੋਕ ਕਰਨ ਤਾਂ ਕਰਨ ਕੀ, ਸਿਰਫ ਉਹਨਾਂ ਦੇ ਕੋਲ ਲੁੱਟਾਂ ਖੋਹਾਂ ਹੀ ਕਰਨ ਦਾ ਹੁਣ ਇੱਕੋ ਇੱਕ ਸਮਾਂ ਰਹਿ ਗਿਆ। ਤਾਂ ਜਿਸ ਦੇ ਕਾਰਨ ਉਸਦਾ ਹੁਣ ਪ੍ਰਸ਼ਾਸਨ ਤੋਂ ਵੀ ਵਿਸ਼ਵਾਸ ਉੱਠਿਆ ਹੋਇਆ ਨਜ਼ਰ ਆਇਆ। ਠੇਕੇ ਦੇ ਰਾਤ ਜਿੱਦਾਂ ਹੋਇਆ 9 ਵਜੇ ਦੀ ਗੱਲ ਹੈ, ਆਪਾਂ ਬੈਠੇ ਹਾਂ ਆਪਣੀ ਦੁਕਾਨ 'ਤੇ ਅਤੇ ਦੋ ਬੰਦੇ ਆਏ ਅੰਦਰ ਕਿਰਪਾਨਾ ਲੈ ਕੇ। ਕਿੰਨੇ ਵਜੇ ਦਾ ਸਮਾਂ ਸੀਗਾ ਜੀ? ਕੋਈ 9 ਵਜੇ ਦਾ ਟਾਈਮ ਹੈ, 2 ਮਿੰਟ ਉੱਪਰ ਥੱਲੇ ਹੋਣਿਆ ਜੀ। ਅਤੇ ਇੱਕ ਨੇ ਕਿਰਪਾਨ ਮੇਰੇ ਲਾ ਕੇ ਇੱਦਾਂ ਬਰਾਬਰ ਮੇਰੇ ਮੂੰਹ 'ਤੇ ਲਾ ਕੇ ਮੇਰੇ ਹੱਥ 'ਚ ਪੈਰ ਖਿੱਚ ਲਏ, ਜਿਹੜਾ ਨਾ ਖੜਾ ਸੀ ਉਹਨੇ ਦੂਜੇ ਦਾ ਇੱਦਾਂ ਗੱਲੇ ਦਾ ਛਪਾ ਕੇ ਸਕਿਉਰਟੀ ਤੋਂ ਲਿਆ ਮੌਕਾ ਹੀ ਦਿੱਤਾ ਜੀ। ਟੋਟਲ ਕਿੰਨੇ ਕੁ ਬੰਦੇ ਸੀਗੇ ਇਹ? ਟੋਟਲ ਮੇਰਾ 4 ਸੀਗੇ, ਕਿਉਂ ਬਾਹਰ ਮੋਟਰਸਾਈਕਲ ਖੜੇ, ਮੋਟਰਸਾਈਕਲ ਸਾਡੇ ਸਾਹਮਣੇ ਸਟਾਰਟ ਹੋਇਆ। ਅੱਛਾ ਹਾਂਜੀ, ਇੱਕ ਸਕਿੰਟ ਜੀ ਯਾਨੀ ਕਿ ਮੌਕਾ ਹੀ ਦਿੱਤਾ ਨਹੀਂ, ਅੱਗੇ ਉਹਦੇ ਗੇੜੇ ਹੁਣ ਸਾਨੂੰ ਪਤਾ ਨਹੀਂ, ਗਾਹਕ ਦਾ ਸਾਡੇ ਗਾਹਕ ਹੀ ਲੱਗੀ, ਸਾਨੂੰ ਕੀ ਪਤਾ ਉਹਨੇ ਕਿਹੜੇ ਮੱਥੇ ਲਈ ਖੜੇ, ਅਚਾਨਕ ਇੱਕਦਮ ਇੱਥੇ ਗਾਹ ਖੜੇ, ਜਿੱਦਾਂ ਆਪ ਤੁਸੀਂ ਖੜੇ ਇੱਥੇ ਗਾਹ ਖੜੇ ਸੀਗੇ ਇੱਥੇ, ਆਹੋ ਅਚਾਨਕ ਹੀ ਆਏ, ਸਾਨੂੰ ਕੀ ਪਤਾ ਵੀ ਕੌਣ ਹੈਗੇ ਕੌਣ ਨਹੀਂ। ਕਿੰਨਾ ਕੁ ਨੁਕਸਾਨ ਕੀ ਲੈ ਕੇ ਗਏ? ਨੁਕਸਾਨ ਲੈ ਕੇ 32,000 ਰੁਪਇਆ। ਹਾਂ ਉਹ ਟੋਟਲ ਗਿਣਿਆ ਸੀਗਾ, ਮੋਟਾ ਕੈਸ਼ ਆਪਾਂ ਗਿਣਿਆ ਸੀਗਾ, 28,000 ਸਾਡਾ ਮੋਟਾ ਸੀਗਾ ਅਤੇ ਕੋਈ 3,500 ਛੋਟਾ ਕਿਹਾ ਸੀਗਾ। ਹਾਂ 50 ਵਜੇ ਦੇ ਸੀਗੇ। ਪਹਿਚਾਣ ਦੇ ਹੁਣ ਮੂੰਹ ਬੰਨੇ ਹੋਏ ਸੀਗੇ, ਪਹਿਚਾਣ ਆਪਾਂ ਕਿਹੜੀ ਦੇਖੇ ਕਿਤੇ। ਹਾਂਜੀ ਆਪਾਂ ਕਿੱਦਾਂ ਪਛਾਣ ਸੀਗੇ? ਦੁਕਾਨ 'ਚ ਕਿੰਨੇ ਬੰਦੇ ਐਂਟਰ ਹੋਏ ਸੀਗੇ? ਦੋ ਬੰਦੇ ਸੀਗੇ ਮੋਟਰਸਾਈਕਲ, ਦੋ ਬੰਦੇ ਮੋਟਰਸਾਈਕਲ ਸੀਗੇ ਬਾਹਰ। ਥਾਣਾ ਕਿਹੜਾ ਲੱਗਦਾ ਇਹਨੂੰ? ਥਾਣਾ ਤਾਂ ਜੀ ਸਾਨੂੰ ਹੁਣ ਪਤਾ ਸੀਗਾ, ਸਲੇਬ ਟਾਵਰ ਹੀ ਲੱਗਦਾ ਹੋਣਾ ਮੇਰੇ ਹਿਸਾਬ ਨਾਲ। ਕੰਪਲੇਂਟ ਕਰ ਦਿੱਤੀ ਤੁਹਾਨੂੰ? ਕੰਪਲੇਂਟ ਮੈਂ ਰਾਤ ਆਏ ਸੀਗੇ ਮੁਲਾਜ਼ਮ, ਕੰਪਲੇਂਟ ਕੀਤੀ ਸੀਗੀ, ਮਾਲਕ ਵੀ ਆਏ ਸੀਗੇ। ਹਾਂਜੀ ਅਤੇ ਮੋਟਰਸਾਈਕਲ ਜਿਹੜਾ ਸੀਗਾ ਉਹ ਇਹ ਨਹੀਂ ਸਾਨੂੰ, ਇੰਨਾ ਦੂਰ ਹੈ ਇੱਥੋਂ ਫਾਸਲਾ ਆ, ਇੰਨਾ ਤਾਂ ਸਾਨੂੰ ਅਸੀਂ ਤਾਂ ਹੱਕੇ ਬੱਕੇ ਰਹਿ ਗਏ, ਕੀ ਹੋ ਗਿਆ ਸਾਡੇ ਨਾਲ, ਇੰਨਾ ਜੋ ਸਾਡੇ ਸਾਹਮਣੇ ਸਟਾਰਟ ਕੀਤਾ, ਬੈਠੇ ਸਾਡੇ ਸਾਹਮਣੇ ਮੋਟਰਸਾਈਕਲ। ਚੋਰੀ ਦੀ ਵਾਰਦਾਤ ਨੂੰ ਜਾਂ ਲੁੱਟਾ ਖੋਹ ਦੀ ਵਾਰਦਾਤ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਵੀ ਦਿਨੋਂ ਪਰ ਦਿਨੋਂ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਤੁਹਾਨੂੰ ਪਤਾ, ਹੁਣ ਤਾਂ ਕੀ ਆਪਾਂ ਕਹਿ ਸਕਦੇ, ਹੁਣ ਹੈ ਤਾਂ ਗਲਤ ਹੀ ਹੈ ਨਾ, ਗਲਤ ਜਿਹੜਾ ਨੱਕ ਤੇ ਹੁਣ ਹੁੰਦੇ ਆ, ਥਾਂ ਥਾਂ ਨਾਕੇ ਲਾਉਂਦੇ ਆ, ਇੱਥੇ ਪਿੱਛੇ ਵੀ ਲਾਉਂਦੇ ਆ, ਅੱਗੇ ਵੀ ਲਾਉਂਦੇ ਆ, ਕਿਆ ਕਹਿ ਸਕਦੇ ਆਪਾਂ ਕਿਸੇ ਨੂੰ,
ਮੰਗ ਇਹੀ ਹੈ ਵੀ ਹੁਣ ਪ੍ਰਸ਼ਾਸਨ ਵੀ ਉੱਥੇ ਕੀ ਕਰੂ, ਹੁਣ ਜਿਹੜਾ ਬੇਰੁਜ਼ਗਾਰੀ ਵਧੀ ਹੈ ਪ੍ਰਸ਼ਾਸਨ ਕਿੰਨਾ ਕੁ ਪ੍ਰਸ਼ਾਸਨ ਇਕੱਲੇ ਇਕੱਲੇ ਬੰਦੇ ਕਿਹਨੂੰ ਖੋਲ ਗਿਆ ਚੱਕਰ ਹੈ ਨਾ।